ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਇੱਕ ਵਾਰ ਫੇਰ ਇੱਥੇ ਜੋ ਡਿਬਰੂਗੜ੍ਹ ਦੀ ਧਰਤੀ ਤੇ ਜੋ ਉਤਾਰਾ ਕਰਨ ਦਾ ਇੱਕ ਜੋ ਸੁਭਾਗਾ ਮੌਕਾ ਪ੍ਰਾਪਤ ਹੋਇਆ ਤੇ ਅੱਜ ਇੱਥੇ ਸੈਂਟਰਲ ਜੇਲ੍ਹ ਡਿਬਰੂਗੜ੍ਹ ਵਿਖੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਆਗੂਆਂ ਨਾਲ ਮੁਲਾਕਾਤ ਕਰਕੇ ਤੇ ਉਹਨਾਂ ਦੀ ਜੋ ਸਾਹਸ ਭਰੀ ਗਾਥਾ ਕਿ ਕਿਵੇਂ ਉਹ ਇੱਥੇ ਜੋ ਔਖੇ ਹਾਲਾਤਾਂ ਦੇ ਨਾਲ ਜੋ ਜੂਝ ਰਹੇ ਨੇ, ਇਸ ਸਾਰੇ ਵਰਤਾਰੇ ਨੂੰ ਦੇਖ ਕੇ ਇੱਕ ਬੜੀ ਜ਼ਿਆਦਾ ਹੌਸਲਾ ਅਫਸਾਈ ਹੁੰਦੀ ਹੈ ਅਤੇ ਇੱਥੋਂ ਵਾਪਸ ਪੰਜਾਬ ਪਰਤ ਕੇ ਜੋ ਕਾਨੂੰਨੀ ਪੈਰਵਾਈ ਹੋਰ ਵੀ ਉਤਸ਼ਾਹ ਨਾਲ ਜੋ ਕਰਨ ਦਾ ਜੋ ਹੌਸਲਾ ਆਉਂਦਾ, ਜੋ ਸਾਹਸ ਆਉਂਦਾ ਅਤੇ ਜੋ 18 ਦਸੰਬਰ 2023 ਦਾ ਜੋ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਆਰਡਰ ਹੈ, ਉਸ ਦੇ ਅਨੁਸਾਰ ਜੋ NSA ਵਾਲੇ ਕੇਸ ਨੇ ਉਹਨਾਂ ਦੀਆਂ ਜੋ ਪਲੀਡਿੰਗਸ ਪੂਰੀਆਂ ਹੋ ਚੁੱਕੀਆਂ ਨੇ ਅਤੇ ਹੁਣ ਜੋ 18 ਜਨਵਰੀ 2023 ਹੈ ਉਦੋਂ ਜੋ ਫਾਈਨਲ ਬਹਿਸ ਹੋਣੀ ਹੈ NSA ਵਾਲੇ ਕੇਸਾਂ ਵਿੱਚ ਅਤੇ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਜੋ ਨੌਜਵਾਨ ਬੰਦ ਨੇ ਉਹਨਾਂ ਦੇ ਕੇਸਾਂ ਦੀ ਵੀ ਜੋ ਪੈਰਵੀ ਹੈ ਉਹ ਮਾਣਯੋਗ ਸੁਪਰੀਮ ਕੋਰਟ ਵਿਖੇ ਸ਼ੁਰੂ ਹੋਣ ਜਾ ਰਹੀ ਹੈ ਅਤੇ ਇਹੋ ਸਾਰੀਆਂ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।